ਹੇ ਮਹਾਰਾਜ ਬਾਬਾ ਚੌਥ ਪੀਰ, ਇੱਥੇ ਕਿਰਪਾ ਕਰ। ਵਾਹਿਗੁਰੂ। ਉਹ ਬਾਬਾ ਚੌਥ ਪੀਰ ਮੈਨੂੰ ਬਚਾ ਲੂ, ਤੇਰੇ ਭਾਨ ਨਾਲ ਨਹੀਂ ਬਚਣਾ ਮੈਂ। ਹੌਸਲਾ ਰੱਖ, ਮੈਂ ਤੇਰੇ ਨਾਲ ਹੀ ਆ। ਇਸੇ ਗੱਲ ਦਾ ਤੇ ਦੁੱਖ ਆ। ਕੁਝ ਖਾਣਾ ਪੀਣਾ ਵਾ? ਕਿਹੜੀ ਚੀਜ਼ ਨੂੰ ਜਿੱਤ ਕਰਦਾ ਵਾ? ਜਿੱਤ ਜਿਹੜੀ ਚੀਜ਼ ਨੂੰ ਕਰਦਾ ਦੱਸ ਨਹੀਂ ਸਕਦਾ ਮੈਂ। ਨਹੀਂ ਦੱਸ। ਚਾਚੀ ਚਤਰੋ, ਓ ਕੀ ਹਾਲ ਹੈ ਇਹਦਾ? ਹਨਾ ਆ ਹਾਲ ਹੀ ਇਹਦਾ। ਅੱਛਾ, ਲੱਤ ਲੁੱਤ ਵੀ ਦੁਖਦੀ ਆ ਕੋਈ ਇਹਦੀ? ਵੇ ਕਿਹੜਾ ਕਿਹੜਾ ਦੱਸਾਂ, ਸਾਰਾ ਕੁਝ ਦੁਖਣ ਦਿਆਦਾ ਕੁਝ। ਅੱਛਾ, ਇਹ ਤੇ ਚਾਚੀ ਮੈਂ ਤੇ ਪਤਾ ਲੈਣ ਆਇਆ ਹਾਂ ਇਹਦਾ। ਹੈ? ਮੈਂ ਤੇ ਇਹਦਾ ਪਤਾ ਲੈਣ ਆਇਆ ਹਾਂ। ਅੱਗੇ ਸਾਰਾ ਪਿੰਡ ਪਤਾ ਲੈਣ ਆਇਆ, ਤੂੰ ਆ ਕੇ ਤਾਂ ਫਿਰ ਕੀ ਹੋ ਗਿਆ? ਓਏ ਹੋਏ ਹੋਏ ਹੋਏ, ਚਾਚੀ ਇਹਦੀਆਂ ਤੇ ਅੱਖਾਂ ਹੀ ਪੀਲੀਆਂ ਹੋਈਆਂ ਪਈਆਂ ਐ। ਹਫ਼ਤਾ ਹੋ ਗਿਆ ਨੀਂਦ ਨਹੀਂ ਆਈ। ਚਾਚਾ ਮੂੰਹ ਟੱਡ ਹੋਣਾ ਜਿਹਾ ਸਵਾਰਾ ਲਾਉਣਾ ਵਾ। ਚਾਚੀ ਤੂੰ ਸਮਝਦੀ ਨੀ ਗੱਲ ਨੂੰ, ਇਹਦਾ ਗਲਾ ਵੀ ਸੁੱਕਣ ਡਿਆ ਵਾ। ਹੈ? ਇਹਦਾ ਗਲਾ ਵੀ ਸੁੱਕਣ ਡਿਆ, ਗਲਾ ਵੀ। ਇਹ ਕਿਹੜਾ ਮਿਰਜਾ ਗਾ ਕੇ ਹਟਿਆ ਵਾ? ਆ ਲੋ ਪੈਸੇ, ਤੇ ਲੋੜ ਲਾੜ ਪੈ ਜਾਂਦੀ ਨਾ ਕਿਸੇ ਵੇਲੇ, ਠੀਕ ਹੋਊ ਤੇ ਆਪਾਂ ਲੈ ਲਾਂਗੇ। ਕੋਈ ਨੀ ਕੋਈ ਨੀ। ਤੇ ਆ ਭੁਜੀਆ ਰੱਖਿਆ। ਆਹੋ। ਤੇ ਚਾਚੀ ਨਾਲ ਪੈਗ ਪੁਗ ਨੀ ਰੱਖਿਆ? ਚੱਲ ਜਾ, ਚੱਲ ਜਾ, ਕੁੱਤੇ ਦੀ ਮਾਰ ਨਾ ਹੋਵੇ ਤਾਂ। ਹੈ? ਬੰਦਾ ਮੇਰਾ ਆਖਰੀ ਸਾਹਾਂ ਤੇ ਪਿਆ ਵਾ, ਇਹਦੇ ਨੂੰ ਪੈਗ ਦੀ ਪਈ ਆ। ਪੁੱਤ ਅੰਦਰ ਗਿਆ ਤੇ ਬਾਹਰ ਆਇਆ ਤੇ ਮੰਜੇ ਤੇ ਪੈ ਗਿਆ, ਉਦੋਂ ਦਾ ਮੰਜੇ ਤੇ ਪਿਆ ਵਾ। ਚੱਲ ਕੋਈ ਨੀ, ਕਈ ਲੱਸ ਜਾਂਦੇ ਮੰਜੇ ਤੋਂ, ਜੁੜੇ ਵੀ ਲੱਸ ਜੂ। ਕਦੇ ਪੁੱਤ ਪੱਕਾ ਨਾ ਲੈ ਜੇ, ਕੋਈ ਪਤਾ ਨੀ ਹੁੰਦਾ ਵੇਲੇ ਘੜੀ ਦਾ। ਹੋਰ ਚੱਲ ਠੀਕ ਆ, ਚੱਲ ਇੰਨੇ ਕਰ ਗਏ, ਚੱਲ ਰੱਖ ਲਾ, ਕੋਈ ਨੀ ਬਚ ਜੂਗਾ ਤੇ ਠੀਕ ਆ। ਫੜ ਫੜ ਮੈਂ ਜਾਣਾ, ਕੋਈ ਨੀ ਪੁੱਤ ਰਹਿਣ ਦੇ, ਫੜ ਮੈਂ ਜਾਣਾ ਕਿਤੇ। ਚੱਲ ਪੈਸੇ ਆਊਗਾ ਫਿਰ, ਜੇ ਚੱਲ ਜਾਏਗਾ ਤੇ ਫਿਰ ਵੀ ਆ ਜਾਊਗਾ। ਜਨਾਨੀ ਦਾ ਪੈਸਾ ਦੂਜਾ ਖਸਮ ਹੁੰਦਾ ਵਾ, ਜੇ ਤੂੰ ਤੁਰ ਜਾਏਗਾ ਤੇ ਪੈਸਾ ਤੇ ਕੋਲ ਹੋਊ, ਵਰਤ ਲਊਗੀ। ਚਾਚੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੁੱਤ, ਕੀ ਹਾਲ ਵਾ? ਬਸ ਵਧੀਆ। ਕੀ ਹੋਇਆ ਚਾਚੇ ਨੂੰ? ਮੈਨੂੰ ਤੇ ਨਿਹਾਲਾ ਮਿਲਿਆ ਸੀ ਰਾਹ 'ਚ, ਇਹ ਤੇ ਚੰਗਾ ਭਲਾ, ਇਹਨੇ ਤੇ ਮਹੀਨਾ ਕੱਢ ਜਾਣਾ। ਪੁੱਤ ਤੇਰੀ ਜਬਾਂਸ ਲੱਗਣੀ ਹੋਵੇ। ਨਾਲੇ ਮੇਰੀ ਗੱਲ ਸੁਣੋ, ਆਹ ਦਵਾਈ ਤੇ ਚਾਚੀ ਕੁੱਤੇ ਵਾਲੀ ਆ। ਇਹ ਕਿਹੜਾ ਕੁੱਤੇ ਨਾਲ ਘੱਟ ਵਾ? ਹੈ? ਇਹ ਵੀ ਕੁੱਤੇ ਵਾਂਗੂ ਭੌਂ ਭੌਂ ਕੇ ਲੰਮੇ ਪਿਆਰ। ਅੱਛਾ, ਚਲੋ ਕੋਈ ਨੀ, ਫਰਕ ਪੈਣਾ ਚਾਹੀਦਾ ਭਾਵੇਂ ਕਿਸੇ ਨਾਲ ਵੀ ਆ। ਇਹ ਮੈਂ ਕੋ ਦੇ ਦਵਾਂ ਸੇਵਾ ਪਾਣੀ, ਦਵਾਈ ਦੀ ਵੀ ਸੇਵਾ ਕਰਨ ਲਈ ਆ। ਆ ਫੜੋ ਦਵਾਈ ਦੂਈ, ਲੈ ਆਇਓ ਕੋ ਫਲ ਫਰੂਟ ਲੈ ਆ ਦਿਓ। ਹੈ? ਜਿੰਨੇ ਦਿਨ ਖਾਂਦਾ ਉਹਨੇ ਦਿਨ ਖਵਾਓ। ਚੰਗਾ ਚਾਚੀ, ਸਤਿ ਸ੍ਰੀ ਅਕਾਲ।
ਫੇਰ ਕਿਤੇ ਗੇੜਾ ਮਾਰ ਹੀ ਨਾ। ਹਾਂ ਹਾਂ ਠੀਕ ਆ ਠੀਕ ਆ। ਬਾਪਣੇ ਤੂੰ ਮੈਨੂੰ ਕੁੱਤਿਆਂ ਵਾਲੀ ਦਵਾਈ ਖਵਾਉਂਦੀ ਰਹੀ। ਨਾ 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 ਨਾ, ਬੜੀ ਕੁੱਤੀ ਆ ਤੂੰ। ਮੈਂ ਨਹੀਂ। ਨਾ 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 ਨਾ, ਇੱਧਰ ਆ ਇੱਧਰ, ਮੂੰਹ ਕਰ, ਮੈਂ ਤੇਰਾ ਪੱਪੀ ਦੇ ਮੈਨੂੰ ਹੋਰ ਬਿਮਾਰ ਕਰ ਦੇਗੀ ਤੂੰ ਮੈਨੂੰ। ਮੈਂ ਭੈਣ ਬਹਿ ਜਾ ਇੱਧਰ। ਗੱਲ ਸੁਣ, ਇਹਨੂੰ ਕੀ ਹੋਇਆ? ਕੁਝ ਨਾ ਪੁੱਛ, ਇਧਰੋਂ ਦਿਨ ਰੰਗ ਕਾਲਾ ਹੋਈ ਜਾਂਦਾ ਵਾ। ਨੀ ਤੂੰ ਰੰਗ ਕਾਲੇ ਦੀ ਗੱਲ ਕਰਦੀ ਆ? ਨੀ ਜਿਹੜੀ ਇਹਨੂੰ ਬਿਮਾਰੀ ਲੱਗੀ ਆ ਨਾ, ਇਹਦਾ ਤੇ ਰੰਗ ਅਜੇ ਹੋਰ ਸਵਾਹ ਵਰਗਾ ਹੋਣਾ ਈ, ਤੈਨੂੰ ਨੀ ਪਤਾ? ਜੇ ਤੇਰਾ ਮੂੰਹ ਨੀ ਚੰਗਾ ਤੇ ਚੱਜਦੀ ਤੇ ਗੱਲ ਕਰ। ਹੈ ਜੇ ਇਹਨੂੰ ਪਤਾ ਲੱਗ ਗਿਆ ਇਹਨੇ ਜਿਹੜਾ ਹਫਤਾ ਕੱਢਣਾ ਇਹਨੇ ਘੰਟਾ ਕੁ ਕੱਢਣਾ। ਨੀ ਗੱਲ ਸੁਣ, ਮੈਨੂੰ ਤੈਨੂੰ ਵੇਖ ਵੇਖ ਕੇ ਇੰਨਾ ਮਨ ਭਰਨ ਡਿਆ ਵਾ। ਉਹ ਆਪਣਾ ਕੁੰਦੂ ਸ਼ੀਂਬਾ ਨੀ ਜਿਹੜਾ ਪਰਲੇ ਪਾਸੇ ਰਹਿੰਦਾ, ਨੀ ਉਹਨੂੰ ਵੀ ਇਹੋ ਹੀ ਬਿਮਾਰੀ ਕਿਤੇ ਮਰ ਜਾਣਾ, 10 ਦਿਨ ਨੀ ਕੱਢਿਆ। ਤੇਰੀ ਸਰਜ ਜਬਾਰ, 1.5 ਫੁੱਟ ਕਾਲੇ ਮੂੰਹ ਵਾਲੀਏ, ਜੇ ਤੇਰਾ ਮੂੰਹ ਨੀ ਚੰਗਾ ਤੇ ਚਾਹੀਦੀ ਤੇ ਗੱਲ ਕਰ। ਇਹ ਤਾਂ ਪੂਰਾ ਹਫਤਾ ਹੋ ਗਿਆ, ਇਹ ਤਾਂ ਹੁਣ ਤੁੜਕਿਆ ਪਿਆ। ਨੀ ਗੱਲ ਸੁਣ, ਇਹ ਤੁੜਕਿਆ ਨੀ ਊ, ਇਹ ਤਾਂ ਸ਼ਾਮਾਂ ਤਾਂ ਸਮਝ ਲਓ ਫੁੜਕਿਆ ਹੀ ਊ। ਹੈ ਕਿਹੜੀਆਂ ਗੱਲਾਂ ਕਰਦੀ ਆ? ਮੇਰੇ ਕੋਲ ਕੀ ਹੋਇਆ? ਲੱਗਦਾ ਆ ਆਖਰੀ ਸਾਹਬਾ ਦੇ ਆ। ਤੂੰ ਦੱਸ ਭੈਣੇ ਕੀ ਗੱਲ ਆ? ਕੁੜੇ ਭੈਣ ਮੇਰੇ ਕਰਮਾਂ ਚ ਤਾਂ ਹੀ ਆ, ਪਹਿਲਾਂ ਮੈਂ ਕੀਤਾ ਕਈਲਾ ਬੱਕਰੀਆਂ, ਕੁੜੇ ਉਹ ਮਰ ਗਿਆ। ਮੁੜ ਕੇ ਮੈਂ ਜਾਗਰ ਅਮਲੀ ਕੀਤਾ, ਕੁੜੇ ਉਹ ਵੀ ਮਰ ਗਿਆ। ਮੁੜ ਕੇ ਮੈਂ ਕੀਤਾ ਕੁੜੇ ਅਰਜੁਨ ਆਈ ਟਾਂਗਿਆ, ਕੁੜੇ ਉਹ ਵੀ ਮਰ ਗਿਆ। ਮੇਰੇ ਕਰਮਾਂ ਚ ਕੁੜੇ ਰੰਡ ਪੁਣਾ ਹੀ ਲਿਖਿਆ ਵਾ। ਨੀ ਗੱਲ ਸੁਣ ਭੈਣੇ, ਜਿੱਦਾਂ ਦੇ ਇਹਦੇ ਹਾਲਾਤ ਆ ਨਾ, ਮੈਨੂੰ ਲੱਗਦਾ ਤੂੰ ਫੇਰ ਰੰਡੀ ਹੋ ਜਾਣਾ। ਓਏ ਨਾ ਕਹਿ ਭੈਣ, ਮੈਂ ਤੇ ਇਹ ਕਹਿੰਨੀ ਆ ਲੱਕੀ ਵੀ ਉਹ ਜਿਹੜਾ ਆਪਣਾ ਬਲਦੇਵ ਨੀ ਸਰਿਆਈ ਵਾਲਾ, ਤੂੰ ਹੁਣ ਉਹ ਕਰ ਲਵੀ। ਨਾਲੇ ਗੱਲ ਸੁਣ, ਨੀ ਆ ਪੈਸੇ ਕਿੱਥੋਂ ਲਏ ਆ? ਇਹ ਪੈਸੇ ਮੂਲੇ ਚੱਕਰ ਦੇਵੀ ਦੇ ਗਏ ਤੇ ਦਿਹਾਲੇ ਦਿਹਾਲੇ ਹੁਣੀ ਆਏ ਸੀ ਤੇ ਆ ਇੱਕ ਹੋਰ ਆਈ ਭੈਣ ਉਹ ਦੇ ਗਈ। ਤੇ ਮੈਂ ਤਾਂ ਹੀ ਭੈਣ ਕਹਿੰਨੀ ਆ ਜਿਹੜੇ ਪੈਸੇ ਆ ਨਾ ਇਹ ਸਾਂਭ ਕੇ ਰੱਖੀ। ਅੱਛਾ, ਇਹਦਾ ਪਤਾ ਕੁਛ ਨੀ ਹੈ, ਕਦੋਂ ਕੰਮ ਆਉਣੇ ਤੇਰੇ ਪੈਸੇ? ਅੱਛਾ, ਵੇਲਾ ਕਿ ਵੇਲਾ ਤੈਨੂੰ ਪਤਾ ਕਿਹੋ ਜਿਹਾ ਆ ਜਾਂਦਾ ਜਿੱਦਾਂ ਦੀ ਹਾਲਾਤ ਇਹਦੇ। ਨਾਲੇ ਗੱਲ ਸੁਣ, ਉਹ ਨਾ ਮੈਂ ਤੇਰੇ ਕੋਲ ਤਾਂ ਆਈ ਸੀ, ਇਹ ਮੇਰੀ ਭੈਣ ਦੀ ਕੁੜੀ ਦੇ ਨਾ ਉੱਥੇ ਯੂਪੀ 'ਚ ਵਿਆਹ ਆ ਤੇ ਮੈਂ ਜਾਣਾ ਯੂਪੀ, ਤੇ ਮੇਰੇ ਕੋਲ ਨਾ 10-15 ਦਿਨ ਆਇਆ ਨੀ ਜਾਣਾ। ਓਹੋ, ਤੇਰੀ ਮੱਤ ਮਾਰ ਗਈ ਆ, ਤੂੰ ਮੇਰੇ ਵੱਲ ਵੇਖ, ਜੇ ਮੇਰੇ ਵੱਲ ਨੀ ਵੇਖਣਾ ਹੈ ਤੂੰ ਮੇਰੇ ਕੋਲ ਨਾ ਇਹਦੇ ਭੋਗ ਤੇ ਨੀ ਪਹੁੰਚਿਆ ਜਾਣਾ। ਮੈਂ ਕਿਹਾ ਮੈਂ ਪਹਿਲਾਂ ਅਫਸੋਸ ਕਰ ਆਵਾਂ। ਵੇ ਕੰਜਰਾ ਬਾਹਰ ਨਿਕਲ, ਵੇ ਕੰਜਰਾ ਇੱਧਰ ਬਾਹਰ ਨਿਕਲ। ਇਹ ਤੂੰ ਟਲਦਾ ਨੀ ਕਬੂਤਰ ਰੱਖਣਾ ਤੂੰ।
ਤੈਨੂੰ ਕੀ ਤਕਲੀਫ ਹੈ? ਮੇਰੀ ਸੁਣ ਲੈ ਗੱਲ, ਇਹ ਮੈਂ ਤੈਨੂੰ ਕਬੂਤਰ ਨਹੀਂ ਰੱਖਣ ਦੇਣੇ। ਕਿਉਂ ਨੀ ਰੱਖਣ ਦੇਣੇ? ਅੱਗੇ ਤੈਨੂੰ ਦੰਦੀਆਂ ਵੱਢਦੇ ਆ। ਦੰਦੀਆਂ ਵੱਢਦੇ ਆ? ਵੇ ਗੱਲ ਸੁਣ, ਕਬੂਤਰਾਂ ਦੇ ਕਰਕੇ ਨਾ ਤੂੰ ਕੰਮ ਤੇ ਜਾਵੇਂ, ਹੈਂ, ਨਾ ਤੂੰ ਕੋਈ ਕੰਮ ਧੰਦਾ ਕਰੇ, ਤੇ ਮੇਰੀ ਸੁਣ ਲੈ ਗੱਲ, ਮੈਂ ਤੈਨੂੰ ਕਬੂਤਰ ਨਹੀਂ ਰੱਖਣ ਦੇਣੇ। ਨਹੀਂ ਤੇ ਕਬੂਤਰਬਾਜ਼ੀ ਧੰਦਾ ਨਹੀਂ ਆ ਇਹ ਕੰਮ ਨਹੀਂ ਆ। ਵੇ ਮੈਨੂੰ, ਮੈਂ ਲੋਕਾਂ ਤੋਂ ਇਹ ਸੁਣਿਆ ਵਾ ਵੀ ਇਹ ਜਿਹੜੇ ਕਬੂਤਰ ਆ ਨਾ, ਇਹ ਕਬੂਤਰ ਜਾੜ ਭਾਲਦੇ ਆ, ਜਾੜ। ਆਹ ਗੱਲ ਤੇ ਅੱਜ ਕਹਿਤੀ, ਦੁਬਾਰਾ ਨਾ ਕਹਿਤੀ ਵੀ ਕਬੂਤਰ ਜੜਾ ਭਾਲਦੇ ਆ। ਮੇਰੀ ਸੁਣ ਲੈ ਗੱਲ, ਲੋਕਾਂ ਦੀ ਮੱਤ ਨੂੰ ਲੱਗੀ ਆ ਉੱਲੀ ਦਾ ਜਾਲਾ। ਕਿਉਂ? ਇਹਨਾਂ ਬੇਜ਼ਬਾਨਾਂ ਨੇ ਕੀ ਜਾੜਾ ਭਾਲਣਾ ਵਾ? ਜਾੜਾ ਤੇ ਉਹ ਕਰਦੇ ਆ ਜਿਹੜੇ ਨਸ਼ੇ ਕਰਦੇ ਆ, ਨਸ਼ੇ ਵੇਚਦੇ ਆ, ਲੀਡਰ ਮੰਤਰੀ ਜਿਹੜੇ ਚਿੱਟੇ ਪਲੀੜੇ ਪਾ ਕੇ ਨਾ ਬਗੈ ਕਬੂਤਰਾਂ ਵਾਂਗੂ ਦੇਸ਼ ਨੂੰ ਨੋਚੀ ਜਾਂਦੇ ਆ। ਇਹ ਵਿਚਾਰੇ ਬੇਜ਼ਬਾਨ ਜ਼ਮਾਨੇ ਕੀ ਪਤਾ ਗੁਡਰ ਕੋ ਕਰਕੇ ਰੱਬ ਦਾ ਨਾਂ ਨੀ ਲੈਂਦੇ। ਹੈਂ? ਮੇਰੀ ਸੁਣ ਲੈ ਗੱਲ, ਜਾਂ ਤੇ ਇਸ ਘਰ ਦੇ ਵਿੱਚ ਕਬੂਤਰ ਰਹਿਣਗੇ ਤੇ ਜਾਂ ਫਿਰ ਮੈਂ ਰਹੂੰਗੀ। ਕੀ ਕਿਹਾ ਜੀ? ਜਾਂ ਤੇ ਇਸ ਘਰ ਦੇ ਵਿੱਚ ਕਬੂਤਰ ਰਹਿਣਗੇ ਤੇ ਜਾਂ ਫਿਰ ਮੈਂ ਰਹੂੰਗੀ। ਇਹੋ ਜਿਹੀਆਂ ਖੁਸ਼ ਖਬਰੀਆਂ ਸੁਣਾ ਕੇ ਤੇ ਮੈਨੂੰ ਮਾਰਨਾ ਦੇਵੇ ਤੂੰ? ਫੇਰ ਤੂੰ ਕਬੂਤਰ ਛੱਡ। ਕਬੂਤਰ ਛੱਡ? ਨਾ ਨਾ, ਆ ਜਿਹੜੀ ਤੂੰ ਦੂਜੀ ਆਪਸ਼ਨ ਦਿੱਤੀ ਆ ਨਾ, ਤੂੰ ਆ ਕਰ ਲਾ, ਤੂੰ ਚੱਲ ਜਾ, ਕਬੂਤਰ ਤੇ ਨਹੀਂ ਮਾਰਾ ਛੱਡਦਾ। ਤੇ ਕੋਈ ਨੀ, ਤੂੰ ਕਬੂਤਰ ਨਹੀਂ ਛੱਡਣੇ ਤੇ ਮੈਂ ਚੱਲ ਜਾਣਾ ਫਿਰ। ਮੇਰੀ ਸੁਣ ਗੱਲ, ਮੈਂ ਐਵੇਂ ਨਹੀਂ ਜਾਂਦੀ। ਮੇਰੇ ਪਿਓ ਨੇ ਜੋ ਮੇਰਾ ਵਿਆਹ ਹੋਇਆ ਸੀ ਨਾ, ਤੇ ਮੇਰੇ ਪਿਓ ਨੇ ਇੱਕੋ ਹੀ ਮੈਨੂੰ ਸਲਾਹ ਦਿੱਤੀ ਸੀ। ਤੇਰੇ ਪਿਓ ਨੇ ਦਿੱਤੀ ਕਿ ਮਾਂ ਨੇ ਦਿੱਤੀ? ਨਹੀਂ, ਪਿਓ ਨੇ ਸਲਾਹ ਦਿੱਤੀ ਸੀ ਮੈਨੂੰ। ਇਹ ਸਲਾਹ ਦਿੱਤੀ ਵੀ ਇਹ ਤੂੰ ਉਦੋਂ ਤੱਕ ਘਰੋਂ ਨਹੀਂ ਪੈਰ ਪੁੱਟਣਾ ਜਦੋਂ ਤੱਕ ਤੇਰਾ ਬੰਦਾ ਨਾ ਮਰ ਗਿਆ। ਤੇਰਾ ਗੜਕਜੇ ਬੇੜਾ, ਹਾਏ ਤੇਰਾ ਗੜਕਜੇ ਬੇੜਾ ਕੁੱਤਿਆ, ਹਾਏ ਵੇ ਇਹਦਾ ਤਾਂ ਸਿਆਪਾ ਕਰ ਲਾ ਪਹਿਲਾਂ ਕੰਜਰ ਦਾ, ਵਿਹਲੇ ਦਾ। ਤੁਹਾਡੇ ਸਿਆਪੇ ਨੀ ਮੁੱਕਦੇ। ਗੱਲ ਸੁਣ ਇੱਧਰ ਆ, ਇਹ ਪੁੱਤ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈ? ਮੇਰੇ ਵਿਆਹ, ਮੇਰਾ ਇੱਕੋ ਵਿਆਹ ਹੋਇਆ ਵਾ ਤੇ ਪਾਪਾ ਤੇਰੇ? ਮੇਰਾ ਤੇ ਮਾੜੀ ਕਿਸਮਤ ਨੂੰ ਇੱਕੋ ਹੀ ਵਿਆਹ ਹੋਇਆ, ਬਾਅਦ ਚ ਮੌਕਾ ਹੀ ਨੀ ਮਿਲਿਆ ਮੈਨੂੰ। ਜੇ ਤੂੰ ਚਾਰ ਵਿਆਹ ਕਰਾਏ ਤੇ ਓਦਾਂ ਤੂੰ ਮੇਰੇ ਨਾਲ ਸੌਂਦਾ ਵਾ, ਤੇ ਗੱਲ ਸੁਣ, ਤੇ ਫਿਰ ਤੂੰ ਕਿਹਦੇ ਨਾਲ ਸੌਂਿਆ ਕਰੇਗਾ? ਫੇਰ ਮੈਂ ਤੇਰੇ ਨਾਲ। ਹੈਂ? ਤੇਰੇ ਨਾਲ? ਅੱਛਾ, ਮੇਰੇ ਨਾਲ ਚਾਰ ਵਿਆਹ ਕਰਾ ਕੇ ਤੂੰ ਮੰਮੀ ਨਾਲ ਸੌਂਿਆ ਕਰੇਗਾ ਤੂੰ ਆਪਣੀ ਨਾਲ? ਵੇਲਾ ਗੱਲ ਸੁਣ, ਮੇਰਾ ਪੁੱਤ ਕਿੰਨਾ ਪਿਆਰ ਕਰਦਾ ਹੈ ਪੁੱਤ, ਤੂੰ ਨਾ ਮੈਨੂੰ ਖੁਸ਼ ਕਰਤਾ, ਖੁਸ਼ ਕਰਤਾ, ਬੜਾ ਖੁਸ਼ ਕੀਤਾ ਅੱਜ। ਤੇ ਗੱਲ ਸੁਣ, ਤੇ ਜੇ ਮਰ ਜਾ, ਤੂੰ ਮੈਂ ਇੰਨਾ ਪਿਆਰ ਕਰਦਾ, ਤੂੰ ਮੇਰੇ ਨਾਲ ਸੋਇਆ ਕਰੇਗਾ, ਜੇ ਤੂੰ ਚਾਰ ਵਿਆਹ ਕਰਾਏ ਤੇ ਤੇਰੀ ਚਾਰ ਵੋਟੀਆਂ ਹੋ ਗਈਆਂ, ਤੇ ਉਹਨਾਂ ਦਾ ਕੌਣ ਸੋਇਆ ਕਰੂਗਾ? ਉਹਨਾਂ ਦਾ ਪਾਪਾ ਸੋਇਆ ਕਰੂ। ਆ ਪੁੱਤ ਮੇਰਾ, ਤੂੰ ਮੈਨੂੰ ਖੁਸ਼ ਕਰਦਾ ਹੀ ਖੁਸ਼। ਰਾਮ ਰਾਮ। ਰਾਮ ਰਾਮ ਲਾਲਾ ਜੀ। ਹਾਂਜੀ।
ਤੁਹਾਨੂੰ ਮੈਂ ਇੱਕ ਗੱਲ ਪੁੱਛਣ ਲੱਗੀ ਆ। ਪੁੱਛੋ ਜੀ। ਗੁੱਸਾ ਤਾਂ ਨਾ ਕਰੋਗੇ? ਨਹੀਂ। ਲਾਲਾ ਜੀ, ਹਾਂਜੀ, ਤੁਹਾਡੀ ਸਿਹਤ ਦਾ ਕੀ ਹਾਲ ਚਾਲ? ਜਦੋਂ ਤੁਸੀਂ ਸਿਹਤ ਦਾ ਹਾਲ ਚਾਲ ਪੁੱਛਦੇ ਚਲੋ, ਮੈਨੂੰ ਐ ਲੱਗਦਾ ਮੈਂ ਸੱਚੇ ਮੁੱਚੀ ਜਵਾਨ ਆ। ਲਾਲਾ ਜੀ, ਤੁਸੀਂ ਕਿੰਨੇ ਕੁ ਪੜ੍ਹੇ ਹੋ? ਅੱਠ ਰੱਖ ਦਿੱਤਾ ਤੁਸੀਂ। ਹਾਂ ਲਾਲਾ ਜੀ, ਜੇ ਗੁੱਸਾ ਨਾ ਕਰੋ ਤੇ ਮੈਂ ਇੱਧਰਲੇ ਬੰਨੇ। ਨਾ 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 ਨਾ, ਇੱਧਰਲੇ ਬੰਨੇ ਆ ਜਵੇ। ਇਹ ਬੀਬਾ ਸਾਡੀ ਦੁਕਾਨ ਦਾ ਸਵਾਲ ਆ, ਅਸੀਂ ਇੱਧਰਲੇ ਬੰਨੇ ਕਿਸੇ ਨੂੰ ਨਹੀਂ ਆਉਣ ਦਿੰਦੇ। ਅੱਛਾ, ਆਹੋ ਤੇ ਫਿਰ ਲਾਲਾ ਸਾਰੀਆਂ ਗੱਲਾਂ ਛੱਡ, ਇੱਥੇ ਇੱਥੇ ਕਰ ਸਾਰੀਆਂ ਗੱਲਾਂ ਛੱਡ। ਲਾਲਾ ਜੀ, ਹਾਂਜੀ, ਮੈਂ ਕੁਝ ਤੁਹਾਡੇ ਨਾਲ ਹਿਸਾਬ ਕਰਨ ਆਈ ਹਾਂ। ਹਿਸਾਬ ਦੀ ਗੱਲ ਕਰਨ ਲੱਗਾ ਸੀ ਤੇਰੇ ਨਾਲ। ਤੇਰਾ ਮੇਰਾ ਲਾਲਾ ਜੀ, ਸੁੱਖ ਨਾਲ ਹਿਸਾਬ। ਬੜਾ ਬੜਾ ਪੁਰਾਣਾ ਹੀ ਚੱਲਣ ਡਿਆ। ਲਾਲਾ ਜੀ, ਹਾਂਜੀ, ਸੁੱਖ ਨਾਲ ਚਾਰ ਚਾਕੀਆਂ ਦੋ ਸਾਬਣ ਦੀਆਂ ਨਹਾਉਣ ਵਾਲੀਆਂ। ਇਹ ਤੇ ਸਾਡੇ ਕੋਲ ਸਕੀਮ ਵੀ ਆਈਗੀ। ਤੁਹਾਡੇ ਕੋਲ? ਹਾਂਜੀ। ਫਿਰ ਕਿਹੜੀ ਸਕੀਮ ਆਈ ਹੈ? ਆਹ ਜਿਹੜੀਆਂ ਚਾਰ ਚਾਕੀਆਂ ਲਓਗੇ ਨਾ ਤੁਸੀਂ, ਆਹੋ, ਤੇ ਅਸੀਂ ਤੁਹਾਨੂੰ ਇੱਕ ਆ ਜਿਹੜੀ ਫ੍ਰੀ ਦੇਵਾਂਗੇ। ਚਾਰ ਚਾਕੀਆਂ ਦੇ ਨਾਲ ਇੱਕ ਫ੍ਰੀ? ਤੇ ਮੇਰੀ ਗੱਲ ਸੁਣੋ ਲਾਲਾ ਜੀ, ਇਸ ਤਰ੍ਹਾਂ ਕਰੋ ਕਿ ਆ ਚਾਰ ਚਾਕੀਆਂ ਰੱਖ ਲੋ, ਤੇ ਜਿਹੜੀ ਫ੍ਰੀ ਵਾਲੀ ਚਾਕੀ ਮੈਨੂੰ ਦੇ ਦਿਓ।